ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਮਾਨਸਾ ਦੇ ਐਕਸਿੰਗ ਦਫ਼ਤਰ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦੇ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਸੰਕਟ ਤੋਂ ਕਿਸਾਨੀ ਅਤੇ ਹਰ ਵਰਗ ਪਰੇਸ਼ਾਨ ਹੋ ਰਿਹਾ ਕਿਉਂਕਿ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਨੇ। ਇਸ ਦੇ ਨਾਲ ਨਰਮੇ ਅਤੇ ਝੋਨੇ ਨੂੰ ਪਾਣੀ ਨਹੀਂ ਲੱਗ ਰਿਹਾ ਅਤੇ ਸਾਰਾ ਨਰਮਾ ਸੁੱਕ ਕੇ ਤਬਾਹ ਹੋ ਰਿਹਾ ਤੇ ਕਿਸਾਨੀ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਅਸੀਂ ਅੱਜ ਸੋਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਦੇ ਲਈ ਧਰਨਾ ਪ੍ਰਦਰਸ਼ਨ ਦਿੱਤਾ ਹੈ। ਜੇਕਰ ਹਾਲੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੇਖਾ ਕੀਤਾ ਜਾਵੇਗਾ। ਅੱਜ ਦੁਖੀ ਹੋ ਕੇ ਪ੍ਰਦਰਸ਼ਨ ਕਰ ਰਹੇ ਹਾਂ। ਜ਼ਿਮੀਂਦਾਰਾਂ ਦਾ ਕੰਮ ਅੱਜ ਜ਼ੋਰਾਂ 'ਤੇ ਹੈ ਅਤੇ ਹਰ ਸਮੇਂ ਜਦੋਂ ਫੋਨ ਵੱਜਦਾ ਇਹੀ ਵੱਜਦਾ ਵੀ ਪਾਣੀ ਹੈ ਨਹੀਂ, ਬਿਜਲੀ ਹੈ ਨਹੀਂ, ਕੱਟ ਹੈ, ਕੱਟ ਹੈ, ਕੱਟ ਹੈ। ਅਤੇ ਬਿਜਲੀ ਮਹਿਕਮੇ 'ਚ ਗੱਲ ਕਰਦੇ ਹਾਂ ਤਾਂ ਕੋਈ ਸੁਣ ਕੇ ਰਾਜ਼ੀ ਨਹੀਂ। ਜੇ ਕਿਸੇ ਦਾ ਟਰਾਂਸਫਾਰਮਰ ਮੱਚ ਜਾਂਦਾ ਤਾਂ ਬਦਲਿਆ ਨਹੀਂ ਜਾਂਦਾ। ਅਤੇ ਅੱਜ ਦੇ ਜੇ ਅਖਬਾਰ ਪੜ੍ਹ ਲਈਏ ਆਪਾਂ, ਤੁਸੀਂ ਵੇਖ ਲਓ ਸਾਰੇ ਇੱਕ ਗੱਲ 'ਤੇ ਭਰੇ ਪਏ ਨੇ, ਚਾਹੇ ਅੰਗਰੇਜ਼ੀ ਦੇ ਅਖਬਾਰ ਹੈ ਚਾਹੇ ਪੰਜਾਬੀ ਦੇ ਅਖਬਾਰ ਨੇ, ਕਿ ਪੰਜਾਬ 'ਚ ਬਿਜਲੀ ਦਾ ਘੋਰ ਸੰਕਟ। ਅੱਜ ਦੇ ਦਿਨ, ਅੱਜ ਜੇ 2 ਜੁਲਾਈ ਹੋਈ ਹੈ, ਹਰ ਸਾਲ ਹੀ ਅੱਜ ਦੇ ਦਿਨਾਂ 'ਚ ਬਿਜਲੀ ਦਾ ਜਿਹੜਾ ਜ਼ੋਰ ਰਹਿੰਦਾ ਅਤੇ ਪਾਵਰ ਦੀ ਲੋੜ ਰਹਿੰਦੀ ਹੈ। ਜਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਮੈਂ ਕਹਿੰਦਾ ਉੱਤਰਾਖੰਡ ਦਿੱਲੀ ਤੋਂ ਵੀ ਬਿਜਲੀ ਲਈ ਜਾਂਦੀ। ਇਸੇ ਕਰਕੇ ਵੱਡੇ ਵੱਡੇ ਥਰਮਲ ਪਲਾਂਟ ਲਾਏ ਗਏ। ਪਰ ਜੇ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ, ਕੀ ਬਿੰਦੇ ਹਰ ਰੋਜ਼ ਇਹਨਾਂ ਨੂੰ ਕੋਸਣਾ ਕਿ ਸੌਹਾਂ ਵੀ ਖਾਧੀਆਂ, ਲੰਚ ਡਿਪਲੋਮੈਸੀ ਇਹਨਾਂ ਦੀ ਚੱਲਦੀ ਹੈ। ਜੇ ਆਪਦੇ ਮਹਿਲਾਂ 'ਚੋਂ ਨਿਕਲਣ ਤਾਂ ਲੋਕਾਂ ਦੀ ਦੁੱਖ ਦਰਦ ਇਹ ਸੁਣ ਸਕਣ। ਕਿਤੇ ਕੋਈ ਵਜ਼ੀਰ ਜਾਂ CM ਕਿਤੇ ਲੋਕਾਂ 'ਚ ਆ ਕੇ ਖੜ੍ਹਾ, ਲੋਕਾਂ ਦੀ ਗੱਲ ਕੀਤੀ ਹੈ ਇਹਨਾਂ ਨੇ? ਅਤੇ ਇਹ ਤਾਂ ਜਿਹੜੇ ਮੈਂ ਇਹੀ ਕਹੂੰਗਾ, ਸਾਊਥ ਰਸਾ ਸਿਰੇ ਦੇ ਗੰਢ, ਵੀ ਜਿਹੜੇ ਸਾਉਣ ਦੇ ਜੰਮੇ ਵੇ ਜਿਹਨਾਂ ਨੇ ਹਰਾ ਹੀ ਹਰਾ ਦੇਖਿਆ, ਉਹ ਗਰੀਬਾਂ ਦਾ ਕੀ ਦੁੱਖ ਦਰਦ ਜਾਣਦੇ ਆ, ਕੀ ਨਹੀਂ? ਸੋ ਅੱਜ ਦਾ ਧਰਨਾ ਜਿਹੜਾ ਲਾਇਆ ਇਸੇ ਕਰਕੇ ਲਾਇਆ ਕਿ ਸ਼ਾਇਦ ਇਹਨਾਂ ਦੇ ਕੰਨਾਂ 'ਚ ਕੋਈ ਘੰਟੀ ਖੜਕ ਸਕੇ। ਅਤੇ ਇਹ ਜਿਹੜਾ ਧਰਨਾ, ਅੱਜ ਦਾ ਧਰਨਾ ਨਹੀਂ, ਇਹ ਲੰਬਾ ਵੀ ਚੱਲ ਸਕਦਾ ਜੇ ਸਾਡੀ ਗੱਲ ਨਾ ਸੁਣੀ। ਅਤੇ ਪੂਰੇ, ਕਿਉਂਕਿ ਲੋਕ ਇਸ ਵੇਲੇ ਪੰਜਾਬ ਦੇ ਔਖੇ, ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਕਿਉਂਕਿ ਲਾਈਟ ਦੇ ਵੱਡੇ ਕੱਟ, ਕਿਸਾਨ ਬੜਾ ਦੁਖੀ ਹੈ। ਕਿਸਾਨ ਨੂੰ 8 ਘੰਟੇ ਬਿਜਲੀ ਮਿਲਣੀ ਸੀ, ਨਹੀਂ ਮਿਲ ਰਹੀ। ਅਤੇ ਸ਼ਹਿਰ ਦੇ ਅੰਦਰ ਜੇ ਅਸੀਂ ਗੱਲ ਕਰੀਏ ਜਾਂ ਪਿੰਡਾਂ ਦੇ ਅੰਦਰ ਗੱਲ ਕਰੀਏ, 6-6 ਘੰਟੇ 4-4 ਘੰਟੇ ਦਾ ਕੱਟ। ਗੱਲ ਆਪਾਂ ਵਾਧੂ ਬਿਜਲੀ ਦੀ ਕਰ ਰਹੇ ਹਾਂ, ਸਰਪਲਸ ਬਿਜਲੀ ਹੈ ਸਾਡੇ ਕੋਲ, ਸਰਪਲਸ ਬਿਜਲੀ ਦਿੱਤੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ। ਪੂਰੇ ਪੰਜਾਬ ਦੇ ਅੰਦਰ ਕਦੇ ਕੋਈ ਕੱਟ ਨਹੀਂ ਲੱਗਿਆ, ਕਦੇ ਬੱਤੀ ਗਈ ਨਹੀਂ ਸੀ। ਅੱਜ ਇਸ ਕਰਕੇ ਪੂਰੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਮੁਜ਼ਾਹਰਾ ਕੀਤਾ, ਰੋਸਮਈ ਧਰਨਾ ਦਿੱਤਾ। ਅੱਜ ਉਸ ਸੂਬੇ ਦੇ ਵਿੱਚ ਕਿਸੇ ਵੀ ਵਰਗ ਨੂੰ ਬਿਜਲੀ ਨਹੀਂ ਮਿਲ ਰਹੀ, ਕਿਸਾਨੀ ਦਾ ਉਦੋਂ ਬੁਰਾ ਹਾਲ ਹੈ ਵੀ ਇਹ ਬੜੀ ਸ਼ਰਮ ਵਾਲੀ ਗੱਲ ਹੈ। ਪੰਜਾਬ ਦੀ ਸਰਕਾਰ ਦੀ ਇਹ ਬਹੁਤ ਮਿਸਮੈਨੇਜਮੈਂਟ ਹੈ, ਤਾਂ ਕਿ ਸਰਪਲਸ ਸੂਬਾ ਹੋਣ ਦੇ ਬਾਵਜੂਦ ਵੀ ਬਿਜਲੀ ਪੂਰੀ ਨਹੀਂ ਹੋ ਰਹੀ। ਜੇ ਕਿਤੇ ਸਰਕਾਰ ਨੇ ਸਾਰਾ ਪੁਖਤਾ ਇੰਤਜ਼ਾਮ ਕੀਤੇ ਹੁੰਦੇ, ਸਾਰੇ ਸਿਸਟਮ ਨੂੰ ਦੇਖਿਆ ਹੁੰਦਾ, ਅੱਜ ਅਸੀਂ ਪੰਜਾਬ ਨੂੰ ਤਾਂ ਕੀ, ਗਵਾਂਢੀ ਸਟੇਟਾਂ ਨੂੰ ਵੀ ਬਿਜਲੀ ਦੇਣ ਦੇ ਸਮਰੱਥ ਤੇ। ਪਰ ਸਰਕਾਰ ਦੀ ਨਲਾਇਕੀ ਕਰਕੇ ਅੱਜ ਕਿਸੇ ਵੀ ਵਰਗ ਨੂੰ ਬਿਜਲੀ ਨਹੀਂ ਮਿਲ ਰਹੀ। ਇੰਨਾ ਮਹਿੰਗਾ ਡੀਜ਼ਲ ਹੋ ਗਿਆ ਜੋ ਕਿ ਕਿਸਾਨਾਂ ਦੇ ਬਸ ਤੋਂ ਬਾਹਰ ਹੈ। ਡੀਜ਼ਲ 'ਤੇ ਕੋਈ ਬੰਦਾ ਵੀ ਪਾਣੀ ਨਹੀਂ ਲਾ ਸਕਦਾ, ਅਤੇ ਨਾ ਕਿਸੇ ਹੋਰ ਵਰਗ ਨੂੰ ਮਿਲ ਰਹੀ ਹੈ। ਅੱਜ ਅਖਬਾਰਾਂ 'ਚ ਪੜ੍ਹੇ ਹੈ ਫੈਕਟਰੀਆਂ 'ਤੇ ਸਾਰੇ ਵਰਗਾਂ 'ਤੇ ਕੱਟ ਲਾ ਰੱਖੇ ਨੇ, ਅਤੇ ਇਹਨਾਂ ਕੱਟਾਂ ਲਾਉਣ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ, ਜਦੋਂ ਕਿ ਬਿਜਲੀ ਦਾ ਪੰਜਾਬ ਦੇ ਵਿੱਚ ਪੂਰਾ ਸਿਸਟਮ ਹੈ, ਉਹਨੂੰ ਸਰਕਾਰ ਸਿਸਟਮ ਨਾਲ ਨਾ ਚਲਾਉਣ ਦੇ ਵਿੱਚ ਫੇਲ ਹੋ ਗਈ। ਇਸ ਕਰਕੇ ਅੱਜ ਮਜਬੂਰ ਹੋ ਕੇ ਅਕਾਲੀ ਦਲ ਨੂੰ ਸੜਕਾਂ 'ਤੇ ਆਉਣਾ ਪਿਆ, ਤਾਂ ਕਿ ਸਰਕਾਰ ਨੂੰ ਜਗਾ ਸਕੀਏ। ਸਰਕਾਰ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਆਪਦੀ ਲੰਚ ਡਿਪਲੋਮੈਸੀਆਂ 'ਚ ਅਤੇ ਕੋਈ ਦਿੱਲੀ ਕੁਰਸੀ ਬਚਾਉਣ ਖਾਤਰ ਤੁਰਿਆ ਫਿਰਦਾ। ਇਹਨਾਂ ਨੂੰ ਲੋਕਾਂ ਦਾ ਕੋਈ ਦੁੱਖ ਦਰਦ ਨਹੀਂ, ਨਾ ਕਿਸਾਨਾਂ ਦਾ ਦੁੱਖ ਦਰਦ। ਜੋ ਅੱਜ ਬਿਜਲੀ ਦੇ ਸੰਬੰਧ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਨੇ, ਇਹ ਧਰਨੇ ਹਰ ਹਲਕੇ ਦੇ ਵਿੱਚ, ਹਰ ਸਬ ਡਿਵੀਜ਼ਨ ਦੇ ਜੋ ਬਿਜਲੀ ਬੋਰਡ ਨੇ ਉਹਨਾਂ ਦੇ ਗਰੈਡਾਂ ਦੇ ਵਿੱਚ ਦਿੱਤੇ ਜਾ ਰਹੇ ਨੇ। ਪ੍ਰਤੀਕਰਮ ਕੀ ਹੈ, ਇਹ ਹੈ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ। ਅੱਜ ਦਾ ਜੋ ਸਮਾਂ ਚੱਲ ਰਿਹਾ, ਕਿਸਾਨਾਂ ਦਾ ਸੀਜ਼ਨ, ਜੀਰੀ ਦਾ ਜੋ ਝੋਨੇ ਦਾ ਚੱਲ ਰਿਹਾ, ਇੰਨਾ ਦੁਖੀ ਹੋ ਰਹੇ ਨੇ ਕਿਸਾਨ ਜੋ ਹੱਦੋਂ ਵੱਧ ਅਸੀਂ ਕੁਛ ਕਹਿ ਨਹੀਂ ਸਕਦੇ। ਗਰੀਬ ਪਰਿਵਾਰਾਂ ਦੇ ਵਿੱਚ ਜਿੱਥੇ ਬਿਜਲੀ ਦੀ ਲੋੜ ਹੈ, ਉਹ ਅੱਜ ਇੰਨਾ ਤੜਫ ਰਹੇ ਨੇ ਕਿਉਂਕਿ ਗਰਮੀ ਦੇ ਕਾਰਨ ਘਰ ਘਰ ਦੇ ਵਿੱਚ, ਤੁਸੀਂ ਐਂ ਲਾ ਲਓ ਵੀ 10 ਘਰ ਛੱਡ ਕੇ 1 ਘਰ ਦੇ ਵਿੱਚ ਮਰੀਜ਼ ਹੈ। ਕੋਈ ਕੈਂਸਰ ਦਾ ਮਰੀਜ਼ ਹੈ, ਕੋਈ ਕਰੋਨਾ ਦਾ ਮਰੀਜ਼ ਹੈ, ਕੋਈ
किसी प्रॉब्लम ना जूझ रहा है उन्होंने देखते हुए अज श्रोमणी अकाली दल से बसपा वालों ये धरने दते गए हैं ता जो सरकार की जो है वो निगाह जो बंद कर रखी है सरकार ने कन्न बंद कर रखे ने वो खुल जाण क्योंकि इन्ना दुखी हो रहा हर वर्ग मैं समझदा भी ये सरकारां क्यों लुट्टण ते लगियां होईयां ने किसानां नूं हर वर्ग नूं लुट्टण ते लगियां ने जिथे मोदी सरकार ने किसानां नूं लुट्टिया उसे कैप्टन सरकार भी किसानां नूं लुट रही है 90-80 रुपये डीजल हो गया 100 रुपये पेट्रोल हो गया कितों कोई जनरेटर चला के अपना झोना रमा जो सीजन चल रहा कितों झोना रमाऊगा कितों कोई जनरेटर चला के अपने मरीज नूं सामूगा क्योंकि महंगाई जिथे इन्नी वध चुकी है उत्थे नाल नाल सरकारां ने अपने किसानां नूं मारिया होया हर वर्ग नूं मारिया होया सो असी अज दा साडा यही विचार है यही इस संबंध विच धरने दित्ते गए ने तां जो इस सरकार दी जो नींद है वह खुल सके समाज का भला हो सके। इन्ना कहने वे खेमा जय श्री अकाल साहब।